ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ ਰਹਿ ਬੂਢੇ ਕਾਲੀ ਧਾਰ ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਹਮ ਘਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ ਤੁਮ ਤੋ ਵੇਦ ਪੜੋ ਗਾਇਤਰੀ ਗੋਬਿੰਦ ਹਿਦੇ ਹਮਾਰੇ ਮੇਰੀ ਜਿਹਬਾ ਬਿਸਨ ਨੈਨ ਨਾਰਾਇਣ ਹਿਰਦੈ ਬਸੈ ਗੋਬਿੰਦਾ ਜਮ ਦੁਆਰ ਜਬ ਪੂਜਸ ਬਵਰੇ ਤਬ ਗਿਆ ਕਹਿਸ ਮੁਕੰਦਾ ਰਹਾਉ ਹਮ ਗੋਰੂ ਤੁਮ ਗੁਆਰ ਗੋਸਾਈ ਜਨਮ ਜਨਮ ਰਖਵਾਰੇ ਕਬਹੂ ਨ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ ਤੂੰ ਬਾਹਮਣ ਮੈਂ ਕਾਸੀਕ ਜੁਲਹਾ ਬੂਝੋ ਮੋਰ ਗਿਆਨਾ ਤੁਮ ਤੋ ਜਾਚੇ ਭੂਪਤ ਰਾਜੇ ਹਰਸਿਓ ਮੋਰ ਧਿਆਨਾ ਤੂੰ ਬਾਹਮਣ ਮੈਂ ਕਾਸੀਕ ਜੁਲਹਾ ਬੂਝੋ ਮੋਰ ਗਿਆਨਾ ਤੁਨ ਤੋ ਜਾਚੇ ਭੂਪਤ ਰਾਜੇ ਹਰ ਸੋ ਮੋਰ ਧਿਆਨਾ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਸੁਭਾਇਮਾਨ ਸਤਸੰਗੀ ਜਨੋ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਗੁਰੂ ਦਰਬਾਰ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਆਓ ਸਾਹਿਬ ਦੀ ਗੋਦ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਸਾਂਝ ਪਾਈਏ।
ਅਰਾਮਤਾ ਤੋਂ ਪਹਿਲਾਂ ਬੜੇ ਪਿਆਰ ਸਤਿਕਾਰ ਸਹਿਤ ਆਪ ਗੁਰਫ ਅਤੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਬਾਬਾ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਆਪ ਜੀ ਨੇ ਸਰਵਣ ਕੀਤਾ। ਭਗਤ ਕਬੀਰ ਸਾਹਿਬ ਜੀ ਨੇ ਇੱਥੇ ਧਾਰਮਿਕ ਆਗੂ ਬਣ ਕੇ ਬੈਠੇ ਹੋਏ ਬਿਪਰ ਨੂੰ ਚੈਲੰਜ ਕੀਤਾ ਤੇ ਸੱਚਾਈ ਸਾਰੇ ਸੰਸਾਰ ਦੇ ਸਾਹਮਣੇ ਰੱਖੀ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਇਹ ਸ਼ਬਦ ਕੇਵਲ ਬਿਪਰ ਤੇ ਨਹੀਂ ਢੁੱਕਦਾ, ਇਹ ਢੁੱਕਦਾ ਸਾਡੇ ਜਥੇਦਾਰਾਂ ਤੇ ਵੀ ਹੈ। ਹਰ ਇੱਕ ਕੌਮ ਦੇ ਉਹ ਆਗੂ ਜਿਨ੍ਹਾਂ ਨੇ ਆਪਣੀ ਕੌਮ ਨੂੰ ਭੁਲੇਖੇ 'ਚ ਰੱਖਿਆ, ਜਿਨ੍ਹਾਂ ਨੇ ਆਪਣੇ ਮਗਰ ਤੁਰਨ ਵਾਲਿਆਂ ਨਾਲ ਵਿਸ਼ਾਕਾਤ ਧੋਖਾ ਕੀਤਾ ਹੈ, ਉਹਨਾਂ ਸਾਰਿਆਂ ਤੇ ਇਹ ਸ਼ਬਦ ਬਾਖੂਬੀ ਲਾਗੂ ਹੁੰਦਾ। ਹਰ ਇੱਕ ਵਿਚਾਰ ਨੂੰ ਜਦੋਂ ਬਹੁਤ ਗੌਰ ਨਾਲ ਬੜੀ ਗਹਿਰੀ ਭਾਵ ਦੇ ਨਾਲ ਵੇਖਾਂਗੇ, ਫਿਰ ਇੱਕ ਸੱਚ ਨੂੰ ਜੀਵਨ 'ਚ ਸਮਝਣ ਦੀ, ਸੱਚ ਨੂੰ ਜੀਵਨ 'ਚ ਪਰਖਣ ਦੀ ਯਾਚ ਆ ਜਾਂਦੀ ਹੈ। ਬਾਬਾ ਕਬੀਰ ਸਾਹਿਬ ਤੇ ਪੰਡਿਤ ਦੀ ਗੱਲਬਾਤ ਹੋ ਰਹੀ ਹੈ। ਬਿਪਰ ਆਪਣੇ ਆਪ ਨੂੰ ਉੱਚਾ ਕਹਿੰਦਾ ਹੈ, ਗਿਆਨੀ ਵੀ ਕਹਿੰਦਾ ਹੈ, ਧਾਰਮਿਕ ਆਗੂ ਵੀ ਕਹਿੰਦਾ ਹੈ, ਤੇ ਬੜੇ ਬੇਬਾਕੀ ਭਰੇ ਲਹਿਜੇ ਨਾਲ ਇਹ ਗੱਲ ਦਰਸਾਉਂਦਾ ਵੀ ਮੇਰੇ ਤੋਂ ਪਵਿੱਤਰ ਆਤਮਾ ਇਸ ਜਹਾਨ 'ਚ ਹੋਰ ਦੂਸਰੀ ਨਹੀਂ। ਜਦੋਂ ਕੋਈ ਪੁੱਛਦਾ ਵੀ ਪਵਿੱਤਰ ਕਿਵੇਂ ਹੋ ਗਏ, ਉਹ ਕਹਿੰਦਾ ਆ ਮੈਂ ਜਨੇਊ ਪਾਇਆ, ਆ ਮੇਰਾ ਧਾਰਮਿਕ ਲਿਬਾਸ ਹੈ। ਬਾਬਾ ਕਬੀਰ ਸਾਹਿਬ ਨੇ ਇਹਨਾਂ ਕੁਝ ਗੱਲਾਂ ਨੂੰ ਸਾਡੇ ਸਾਹਮਣੇ ਰੱਖ ਕੇ ਇੱਕ ਜੀਵਨ ਦੀ ਮਹਾਨ ਪ੍ਰਕਿਰਿਆ ਦਾ ਜ਼ਿਕਰ ਕੀਤੇ ਜੋ ਅਸੀਂ ਵੀ ਆਪਣੇ ਜੀਵਨ 'ਚ ਸਮਝਣੀ। ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਨੇ, ਭਗਤ ਜੀ ਕਹਿੰਦੇ ਨੇ ਮੇਰੀ ਜਿਹਬਾ ਹੇ ਪੰਡਿਤ ਜੀ, ਮੇਰੀ ਰਸਨਾ ਤੇ ਪਰਮਾਤਮਾ ਦਾ ਨਾਮ ਹੈ, ਸੱਚ ਮੇਰੇ ਹਿਰਦੇ 'ਚ ਮੇਰੇ ਜੀਵਨ ਨੂੰ ਆਸਰਾ ਦੇਣ ਵਾਲਾ ਪਰਮਾਤਮਾ ਵਸ ਰਿਹਾ, ਉਹ ਮੇਰੀ ਜ਼ਿੰਦਗੀ ਦਾ ਆਸਰਾ ਜਿਹਨੇ ਸਾਰੀ ਕਾਇਨਾਤ ਨੂੰ ਜਨਮ ਦਿੱਤਾ। ਮੇਰੀ ਰਸਨਾ, ਮੇਰੀਆਂ ਅੱਖਾਂ, ਮੇਰੇ ਹਿਰਦੇ 'ਚ ਕੇਵਲ ਇੱਕ ਰੱਬ ਦੀ ਆਵਾਜ਼ ਹੈ। ਹੁਣ ਬਾਬਾ ਕਬੀਰ ਸਾਹਿਬ ਕਹਿੰਦੇ ਪਰ ਹੇ ਪੰਡਿਤ ਇੱਕ ਗੱਲ ਬੜੇ ਧਿਆਨ ਨਾਲ ਸੁਣੀ, ਜਮ ਦੁਆਰ ਜਬ ਪੁੱਛਸ ਬਵਰੇ ਤਬ ਕਿਆ ਕਹਿਸ ਮੁਕੰਦਰ। ਇੱਥੇ ਤਾਂ ਦੁਨੀਆ 'ਚ ਦੱਸ ਦੇਗਾ ਵੀ ਮੈਂ ਧਰਮੀ ਹਾਂ, ਮੇਰੇ ਤਨ ਤੇ ਜਨੇਊ ਪਾਇਆ, ਮੇਰੇ ਕੋਲ ਗਿਆਨ ਹੈ, ਮੇਰੇ ਕੋਲ ਸਮਝ ਹੈ। ਪਰ ਕਹਿੰਦੇ ਨੇ ਜਦੋਂ ਰੱਬ ਦੀ ਧਰਮ ਰਾਜ ਦੀ ਕਚਹਿਰੀ 'ਚ ਪੁੱਛ ਗਿੱਛ ਹੋਏਗੀ, ਉੱਥੇ ਕੀ ਦੱਸੇਗਾ, ਉੱਥੇ ਕੀ ਬਿਆਨ ਕਰੇਗਾ। ਜਦੋਂ ਜੀਵਨ 'ਚ ਸੱਚਾਈ ਸਾਹਮਣੇ ਆ ਗਈ, ਉੱਥੇ ਕੀ ਬੋਲੇਗਾ, ਉੱਥੇ ਕੀ ਦੱਸੇਗਾ ਵੀ ਤੇਰੇ ਕੋਲ ਕੀ ਹੈ। ਜਮ ਦੁਆਰ ਜਬ ਪੁੱਛਸ ਬਵਰੇ
ਤਬ ਕਿਆ ਕਹਿ ਸਮਕੰਦਾ, ਉੱਥੇ ਦੱਸ ਕੀ ਉੱਤਰ ਦੇਵੇਗਾ, ਕਿਉਂਕਿ ਤੂੰ ਇੱਥੇ ਸਾਰੀ ਸੰਸਾਰਕ ਜ਼ਿੰਦਗੀ 'ਚ ਕੀ ਕਰਦਾ ਰਿਹਾ, ਤੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ। ਇਸ ਪੱਖ ਨੂੰ ਅਸੀਂ ਆਪਣੇ 'ਤੇ ਵੀ ਢੁਕਾ ਕੇ ਵੇਖਣਾ, ਅਸੀਂ ਵੀ ਬਹੁਤ ਵੱਡੇ ਧਰਮੀ ਬਣ ਕੇ ਬੈਠੇ ਹਾਂ, ਆਪਣੇ ਆਪਦੇ ਆਪਦੇ ਲੇਵਲ ਸਾਰਿਆਂ ਦੇ ਸੈੱਟ ਕੀਤੇ ਹੋਏ ਨੇ ਵੀ ਮੇਰਾ ਇਸ ਧਰਮ ਦਾ ਦਾਇਰਾ ਇੰਨਾ ਹੈ, ਮੇਰਾ ਇੰਨਾ ਹੈ। ਪਰ ਸਵਾਲ ਇਹ ਹੈ ਵੀ ਜਦੋਂ ਸੱਚਾਈ ਸਾਹਮਣੇ ਆਏਗੀ ਉਦੋਂ ਜਵਾਬ ਕੀ ਹੋਏਗਾ ਸਾਡਾ। ਬਾਬਾ ਕਬੀਰ ਸਾਹਿਬ ਤਾਂ ਪੰਡਿਤ ਨੂੰ ਸਵਾਲ ਕਰਦੇ ਨੇ, ਅਸੀਂ ਖੁਦ ਨੂੰ ਸਵਾਲ ਕਰਦੇ, ਕਿਉਂਕਿ ਅਸੀਂ ਵੀ ਮੇਰੇ ਖਿਆਲ ਨਾਲ ਉਹ ਬਾਹਮਣ ਵਾਲੀ ਸੋਚ ਲੈ ਕੇ ਬਹਿ ਚੁੱਕੇ ਹਾਂ, ਸਾਡਾ ਵੀ ਖਿਲਾਰਾ ਉਹਦੇ ਵਰਗਾ ਹੀ। ਭਰੀ ਮਹਿਫਲ 'ਚ ਕੋਈ ਬੰਦਾ ਨਹੀਂ ਚੂਕਦਾ ਜਿਹੜਾ ਇਹ ਸਾਬਤ ਨਾ ਕਰਨਾ ਚਾਹੁੰਦਾ ਹੋਵੇ ਵੀ ਇਹਨਾਂ ਸਾਰਿਆਂ ਨਾਲੋਂ ਮੇਰਾ ਧਰਮ ਸਿਆਣਾ, ਮੇਰੀ ਮਿਹਨਤ ਜ਼ਿਆਦਾ, ਮੇਰੀ ਮਸ਼ਕਤ ਵੱਧ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬਿੱਪਰ ਦੁਨੀਆ ਨੂੰ ਦਰਸਾ ਸਕਦੇ, ਸੰਸਾਰ ਨੂੰ ਆਪਣੇ ਵਸ 'ਚ ਕਰ ਲਏਗਾ, ਲੋਕ ਤੇਰੀ ਗੱਲ ਸੁਣ ਲੈਣਗੇ, ਪਰ ਜਦੋਂ ਰੱਬ ਦੇ ਸਾਹਮਣੇ ਮਾਲਕ ਦੇ ਸਾਹਮਣੇ ਖੜਾ ਹੋਏਗਾ ਉਦੋਂ ਉੱਥੇ ਕੋਈ ਦਲੀਲ, ਕੋਈ ਧਾਰਮਿਕ ਪਹਿਰਾਵਾ, ਉੱਥੇ ਕਿਸੇ ਪ੍ਰਕਾਰ ਦੀ ਕੋਈ ਸੰਸਾਰਕ ਵੇਸ਼ਭੂਸ਼ਾ ਕੰਮ ਨਹੀਂ, ਉੱਥੇ ਤੇਰਾ ਜੀਵਨ ਬਚਿਆ ਜਾਏਗਾ। ਸ਼ਬਦ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੜ੍ਹਦੇ, ਸਾਹਿਬ ਨੇ ਕਿਹਾ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ। ਹੁਣ ਧਰਮ ਰਾਜ ਨੂੰ ਇੱਕ ਹੁਕਮ ਹੈ, ਉਹ ਹੁਕਮ ਕੀ ਹੈ? ਨਿਯਮ ਤੇ ਕਾਨੂੰਨ ਦੇ ਦਾਇਰੇ 'ਚ ਵੀ ਜਿਹੜੀ ਆਤਮਾ ਸੱਚ ਨਾਲੋਂ ਟੁੱਟ ਕੇ ਜੀਂਦੀ ਹੈ ਨਾ, ਉਹ ਤੇਰੇ ਦਾਇਰੇ 'ਚ ਹੈ, ਤੇਰੇ ਨਿਯਮ 'ਚ ਹੈ, ਉਹਦੀ ਤੂੰ ਵਿਚਾਰ ਕਰਨੀ ਹੈ। ਅਧਿਆਤਮੀ ਹਰ ਗੁਣਤਾਸ ਮਨ ਜਪੈ ਏਕ ਮੁਰਾਰ, ਜਿਨ੍ਹਾਂ ਦੇ ਜੀਵਨ 'ਚ ਸੱਚ ਹੈ, ਧਰਮ ਹੈ, ਇਨਸਾਫ ਹੈ, ਸੋਹਣੀ ਜੀਵਨ ਹੈ, ਅੰਦਰੋਂ ਵੀ ਉਹੀ ਬਾਹਰੋਂ ਵੀ ਉਹੀ, ਇੱਕੋ ਜਿਹਾ ਜੀਵਨ ਦੀ ਸ਼ੈਲੀ ਹੈ, ਇੱਕੋ ਜਿਹਾ ਜ਼ਿੰਦਗੀ ਜਿਉਣ ਦਾ ਢੰਗ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਹਿਬ ਕਹਿੰਦੇ ਨੇ ਨਹੀਂ, ਧਰਮ ਰਾਜ ਮਾਲਕ ਵੱਲੋਂ ਤੈਨੂੰ ਹੁਕਮ ਹੈ, ਉਹਨਾਂ ਦਾ ਲੇਖਾ ਜੋਖਾ ਵਾਚਣਾ, ਉਹਨਾਂ ਨੂੰ ਵੇਖਣਾ, ਉਹਨਾਂ ਦੀ ਜ਼ਿੰਦਗੀ ਦੀ ਕੋਖ ਪੜਤਾਲ ਕਰਨੀ ਜਿਹੜੇ ਦੁਚਿੱਤੇ 'ਚ ਰਹਿ ਗਏ, ਜਿਹੜੇ ਮਾਲਕ ਪਰਮਾਤਮਾ ਜੀ ਦੇ ਨਾਲ ਸਮਾਏ ਹੋਏ ਨੇ, ਉਹ ਤੇਰੇ ਹੁਕਮ 'ਚ ਨਹੀਂ ਆਉਂਦੇ, ਉਹਨਾਂ ਦੀ ਜ਼ਿੰਦਗੀ ਦਾ ਲੇਖਾ ਜੋਖਾ ਨਹੀਂ। ਜਿਹਨੂੰ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ ਧਰਮ ਰਾਏ ਤਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ, ਉਸ ਪੱਖ ਨੂੰ ਜੀਵਨ 'ਚ ਵਿਚਾਰਨਾ। ਹੁਣ ਬਾਬਾ ਕਬੀਰ ਸਾਹਿਬ ਵੇਖੋ ਧੱਜੀਆਂ ਕਿਵੇਂ ਉਡਾਉਂਦੇ ਨੇ ਪਖੰਡ ਦੀਆਂ, ਵੀ ਜਿਨ੍ਹਾਂ ਨੇ ਆਪਣੇ ਸਿਰ ਜ਼ਿੰਮੇਵਾਰੀ ਲਈ ਸੀ ਨਾ ਵੀ ਸੰਸਾਰ ਦਾ ਵੀ ਜੀਵਨ ਸਫਲ ਕਰਾਂਗੇ, ਉਹਨਾਂ ਦੇ ਹਾਲਾਤ ਦੇਖੋ। ਭਗਤ ਕਬੀਰ ਸਾਹਿਬ ਕਹਿੰਦੇ ਨੇ ਤੂੰ ਕਹਿੰਦੇ ਵੀ ਮੈਂ ਧਰਮੀ ਹੈ, ਹੁਣ ਧਰਮੀ ਹੋਣ ਦੀਆਂ ਨਿਸ਼ਾਨੀਆਂ ਵੇਖ ਲਓ। ਜਿਹੜਾ ਬਿੱਪਰ ਹੈ ਨਾ ਉਹ ਕਹਿੰਦਾ ਸੀ ਵੀ ਮੈਂ ਜਨੇਊ ਪਾਇਆ ਅਤੇ ਇਹ ਇਕੱਲਾ ਮੈਨੂੰ ਹੀ ਪਾਉਣ ਦਾ ਹੱਕ ਹੈ, ਹੋਰ ਕਿਸੇ ਨੂੰ ਨਹੀਂ। ਵਾਰੀ ਜਾਈ ਅਸੀਂ ਗੁਰੂ ਨਾਨਕ ਦੇ ਘਰ ਤੋਂ ਜਿਹਨੇ ਕਿਹਾ ਸਾਰੇ ਇੱਕੋ ਜਿਹੇ, ਅੰਮ੍ਰਿਤ ਸਾਰੇ ਛਕਣਗੇ, ਬਾਣੀ ਸਾਰੇ ਪੜ੍ਹਨਗੇ, ਸੰਗਤ ਸਾਰੇ ਕਰਨਗੇ, ਕੀਰਤਨ ਸਾਰੇ ਕਰਨਗੇ, ਕਥਾ ਸਾਰੇ ਕਰਨਗੇ, ਕੋਈ ਜਾਤ ਪਾਤ ਨਹੀਂ। ਪਰ ਬਿੱਪਰ ਕੀ ਕਹਿੰਦੇ, ਜਨੇਊ ਮੈਂ ਪਾਵਾਂਗਾ ਇਕੱਲਾ, ਹੋਰ ਕਿਸੇ ਨੂੰ ਹੱਕ ਨਹੀਂ ਹੈ।
ਇਹੀ ਕਾਰਨ ਹੈ ਭਾਰਤ ਦੀ ਧਰਤੀ ਤੇ ਅੱਜ ਵੀ ਜਿਹੜਾ ਬ੍ਰਾਹਮਣ ਹੈ ਨਾ ਉਹ ਰਾਜ ਕਰ ਰਿਹਾ ਹੈ। ਅੱਜ ਵੀ ਬਹੁਤ ਸਾਰੇ ਐਸੇ ਇਲਾਕੇ ਨੇ ਜਿੱਥੇ ਸ਼ੂਦਰਾਂ ਨੂੰ ਮੰਦਰ 'ਚ ਵੜਨ ਦਾ ਹੱਕ ਅੱਜ ਵੀ ਨਹੀਂ ਹੈ। ਉਹਨਾਂ ਵਾਸਤੇ ਇੱਕ ਅਲੱਗ ਹੀ ਬਿਰਤ ਹੈ, ਅਲੱਗ ਹੀ ਸੋਚ ਹੈ। ਤੁਸੀਂ ਯੂਪੀ 'ਚ ਲਖਨਊ ਏਰੀਏ 'ਚ ਜਾ ਕੇ ਬਹਿਰਾਈਚ ਉਹ ਸਾਰੇ ਇਲਾਕੇ ਨੂੰ ਕਦੀ ਵਾਚ ਕੇ ਵੇਖਣ, ਉੱਥੇ ਸਾਰਾ ਕੁਝ ਇਹੀ ਕੁਝ ਹੈ। ਉੱਥੇ ਬਿੱਪਰ ਦਾ ਰਾਜ ਹੈ, ਅੱਜ ਬਿੱਪਰ ਦੇ ਕਹਿ ਮੁਤਾਬਕ ਹੀ ਉਹਨਾਂ ਦੇ ਸਾਰੇ ਕਾਰਜ ਹੁੰਦੇ ਨੇ, ਅਤੇ ਜੇ ਬ੍ਰਾਹਮਣ ਕੋਈ ਰੋੜਾ ਅੜਾ ਦੇਵੇ ਤਾਂ ਸਾਰਾ ਕੁਝ ਖਤਮ ਹੋ ਜਾਂਦਾ, ਕਿਉਂਕਿ ਸਮਾਜ ਉਸ ਸੋਚ ਨੂੰ ਅਸੈਪਟ ਕਰ ਚੁੱਕਾ ਹੈ। ਗੁਲਾਮੀ ਦੀਆਂ ਜ਼ੰਜੀਰਾਂ 'ਚ ਪਿਸੇ ਹੋਏ ਮਨੁੱਖ ਨੇ ਕਦੀ ਧਾਰਮਿਕ ਚੇਤਨਾ ਨੂੰ ਜਨਮ ਨਹੀਂ ਦੇਣਾ। ਇਹੀ ਕਾਰਨ ਹੈ ਜਦੋਂ ਵੀ ਦੰਗੇ ਹੁੰਦੇ ਨੇ ਕਰਾਉਣ ਵਾਲਾ ਬਿੱਪਰ ਹੀ ਹੁੰਦਾ ਹੈ। ਤੁਹਾਨੂੰ ਪਤਾ ਵੀ ਇਹ ਲੋਕ ਮੇਰੇ ਗੁਲਾਮ ਨੇ, ਇਹਨਾਂ ਨੂੰ ਮੈਂ ਕਹਾਂਗਾ ਖੜ੍ਹੇ ਹੋ ਜਾਓ, ਖੜ੍ਹੇ ਹੋ ਜਾਣਗੇ। ਇਹਨਾਂ ਨੂੰ ਕਹਾਂਗਾ ਬਹਿ ਜਾਓ, ਬਹਿ ਜਾਣਗੇ। ਇਹੀ ਕਾਰਨ ਹੈ ਬਿੱਪਰ ਨੇ ਇੱਕ ਤਾਂ ਲੋਕਾਂ ਨੂੰ ਅਣਜਾਣੇ 'ਚ ਲੁੱਟਿਆ, ਦੂਜਾ ਇਸ ਕਦਰ ਗੁਲਾਮ ਬਣਾ ਲਿਆ ਵੀ ਉਹ ਸਾਰੇ ਹੁਣ ਉਹਦੇ ਪੈਰ ਧੋ ਧੋ ਕੇ ਪੀਂਦੇ ਨੇ। ਜੇ ਕਿਸੇ ਕੋਲ ਬਿੱਲੀ ਮਰ ਜਾਏ, ਉਹਨੇ ਬੜੀ ਵਧੀਆ ਟ੍ਰਿਕ ਬਣਾਈ ਹੈ, ਹੁਣ ਬਿੱਲੀ ਮਾਰਤੀ ਇਹਦਾ ਪਾਪ ਤੇਰੇ ਸਿਰ ਚੜ੍ਹ ਗਿਆ, ਅਤੇ ਹੁਣ ਸੋਨੇ ਦੀ ਬਿੱਲੀ ਬ੍ਰਾਹਮਣ ਨੂੰ ਜਿੰਨਾ ਚਿਰ ਤੱਕ ਦਾਨ ਨਹੀਂ ਕਰੇਗਾ ਉਨਾ ਚਿਰ ਤੱਕ ਗੱਲ ਨਹੀਂ ਬਣਨੀ। ਲੁੱਟਣ ਦੇ ਸਾਧਨ ਨੇ, ਤਰੀਕੇ ਨੇ। ਹੁਣ ਜਦੋਂ ਅਸੀਂ, ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਬਾ ਕਬੀਰ ਸਾਹਿਬ ਦੇ 243 ਸ਼ਬਦ ਨੇ ਅਤੇ ਇੰਨੇ ਕੁ ਸ਼ਲੋਕ ਨੇ। ਇਹਨਾਂ ਸਾਰੇ ਸ਼ਬਦਾਂ ਨੂੰ ਅਗਰ ਇੱਕ ਵਾਰ ਵਾਚ ਲਈਏ ਨਾ, ਤਾਂ ਤੁਸੀਂ ਧਾਰਮਿਕ ਕਲੇਵੇ 'ਚ ਜਿਹੜਾ ਡਰ ਬੈਠਾ ਨਾ, ਉਹ ਸਾਰਾ ਖਤਮ ਹੋ ਜਾਏਗਾ, ਮੁੱਕ ਜਾਏਗਾ, ਆਜ਼ਾਦ ਬਣ ਜਾਓ। ਤੁਹਾਨੂੰ ਫਿਰ ਕੋਈ ਵਹਿਮ ਭਰਮ ਡਰਾ ਨਹੀਂ ਪਾਏਗਾ। ਇੱਕ ਆਜ਼ਾਦ ਸੋਚ ਦੇ ਮਾਲਕ ਜਦੋਂ ਅਸੀਂ ਬਣਾਂਗੇ ਨਾ, ਫਿਰ ਸਾਨੂੰ ਸਾਡਾ ਗੁਰੂ ਨਜ਼ਰ ਆਏਗਾ, ਬਲਿਹਾਰੀ ਕੁਦਰਤ ਵਸੇ। ਭਾਈ ਸਾਹਿਬ ਸ਼ਬਦ ਗਾਇਨ ਕਰਕੇ ਬੜੇ ਕਮਾਲ ਦੇ ਬਚਨ ਸਨ, ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨੀਹ ਨਾ ਹੋਈ। ਇਹ ਮਨ ਪਰਮਾਤਮਾ ਦੇ ਨਾਮ ਰੰਗ 'ਚ ਰੰਗਿਆ ਹੋਇਆ ਚਾਹੁੰਦਾ ਹੈ ਕੁਛ, ਚਾਹਤ ਕੀ ਹੈ, ਪਰਮਾਤਮਾ ਦੇ ਰੱਬ ਦੇ ਨਾਲ ਪਿਆਰ ਪੈ ਜਾਏ, ਇਹ ਚਾਹਤ ਹੈ। ਮਨ ਚਾਹੁੰਦਾ ਹੈ ਰੱਬ ਜੀ ਦੇ ਨਾਲ, ਪਰਮਾਤਮਾ ਜੀ ਦੇ ਨਾਲ ਪਿਆਰ ਪੈ ਜਾਏ, ਪਰ ਗਾਲੀ ਗੱਲਾਂ ਦੇ ਨਾਲ ਹਰ ਨੀਹ ਨਾ ਹੋਏ। ਨੀਹ ਦਾ ਅਰਥ ਹੈ ਪਿਆਰ, ਮਾਲਕ ਨਾਲ ਪ੍ਰੇਮ ਨਹੀਂ ਪੈ ਸਕਦੀ। ਇਸ ਕਰਕੇ ਬਾਬਾ ਕਬੀਰ ਸਾਹਿਬ ਦੀ ਇਸ ਪੱਖ ਦੇ ਨਾਲ ਗੁਰੂ ਸਾਹਿਬ ਕਹਿੰਦੇ ਨੇ, ਹੋਂ ਟੁੰਡੇਤੀ ਜੀਵ ਰੂਪੀ ਇਸਤਰੀ, ਦਰਸ਼ਨ ਕਾਰਨ ਰੱਬ ਜੀ ਦੇ ਦਿਦਾਰਿਆਂ ਵਾਸਤੇ ਬੀਥੀ ਬੀਥੀ ਵੇਖਾਂ। ਇਹ ਬੀਥੀ ਸ਼ਬਦ ਪੰਜਾਬੀ ਦੇ ਬੀਹੀ ਤੋਂ ਬਣੇ, ਗਲੀ ਗਲੀ ਮੈਂ ਲੱਭਦੀ ਫਿਰਦੀ ਹਾਂ ਮੇਰਾ ਮਾਲਕ ਕਿਤੇ ਮੈਨੂੰ ਨਜ਼ਰ ਆ ਜਾਏ। ਹਾਂ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਵੇਖਾਂ, ਗੁਰ ਮਿਲ ਗੁਰੂ ਨਾਲ ਜੁੜ ਕੇ ਭਰਮ ਗਵਾਇਆ ਹੈ, ਮੈਂ ਆਪਣੇ ਜੀਵਨ ਦਾ ਭੁਲੇਖਾ ਮਿਟਾ ਦਿੱਤਾ, ਇਹ ਬੁੱਧ ਪਾਈ, ਇਹ ਸਿਆਣਪ ਮੈਂ ਆਪਣੇ ਗੁਰੂ ਪਾਸੋਂ ਪ੍ਰਾਪਤ ਕੀਤੀ ਹੈ, ਸਾਧੂ ਕੰਨੋ ਸਾਧੂ ਪਾਸੋਂ ਪ੍ਰਾਪਤ ਕੀਤੀ ਹੈ। ਲੇਖ ਲਿਖਿਓ ਤੁਰ ਮੱਤ ਹੈ, ਮੇਰੀ ਜ਼ਿੰਦਗੀ 'ਚ ਜੋ ਭੈੜੀਆਂ ਵਿਚਾਰਾਂ ਸਨ ਸਮਾਪਤ ਹੋ ਗਈਆਂ, ਸਿਆਣਪ ਭਰੀ ਬੁੱਧ ਗੁਰੂ ਪਾਸੋਂ ਪ੍ਰਾਪਤ ਕੀਤੀ ਹੈ। ਇਹ ਬਿਦ ਨਾਨਕ ਹਰ ਨੈਣ ਅਲੋਏ, ਜਦੋਂ ਗੁਰੂ ਦੀ ਯੁਗਤੀ ਨੂੰ ਲਾਇਆ ਅਤੇ ਮੇਰਾ ਮਾਲਕ ਮੈਨੂੰ ਹਰ ਥਾਂ 'ਤੇ ਨਜ਼ਰ ਆਇਆ, ਮੈਨੂੰ ਗਲੀਆਂ 'ਚ ਭੱਜਣ ਦੀ ਲੋੜ ਨਹੀਂ ਰਹੀ। ਇਹ ਸਪਸ਼ਟਤਾ ਹੈ ਗੁਰਮਤਿ 'ਚ। ਜਦੋਂ ਆਜ਼ਾਦ ਸੋਚ ਨਾਲ ਵੇਖਾਂਗੇ
ਜਦੋਂ ਅਸੀਂ ਕਿਸੇ ਦੇ ਗੁਲਾਮ ਹਾਂ ਫਿਰ ਨਹੀਂ, ਫਿਰ ਤਾਂ ਉਹ ਵਿਪਰੀ ਨਜ਼ਰ ਆਏਗਾ। ਅਤੇ ਗੁਲਾਮੀ ਦਾ ਰੂਪ ਕੀ? ਇਹ ਘਟਨਾ ਕਿਸੇ ਪ੍ਰਚਾਰਕ ਵੀਰ ਨੇ ਬੜੀ ਸੋਹਣੀ ਸੁਣਾਈ ਸੀ ਵੀ ਜਦੋਂ ਇਨਸਾਨ ਗੁਲਾਮ ਹੋ ਜਾਂਦਾ, ਪੜ੍ਹਿਆ ਲਿਖਿਆ ਮਨੁੱਖ ਵੀ ਕਿਸੇ ਦੇ ਥੱਲੇ ਲੱਗ ਪੈਂਦੇ ਨਾ, ਫਿਰ ਉਹਦਾ ਹਸ਼ਰ ਕੀ ਹੁੰਦਾ। ਪੰਜਾਬ ਗੋਇੰਦਵਾਲ ਸਾਹਿਬ ਦੇ ਇਲਾਕੇ 'ਚ ਇੱਕ ਸਾਧ ਸੀ, ਉਹਦਾ ਭਗਤ ਬਣ ਗਿਆ ਪਿੰਡ ਦਾ ਸਰਪੰਚ, ਪੜ੍ਹਿਆ ਲਿਖਿਆ। ਹੁਣ ਸਰਪੰਚ ਉਹਦੇ ਕੋਲ ਜਾਵੇ, ਇੱਕ ਦਿਨ ਸਾਧ ਸਰਪੰਚ ਦੇ ਘਰ ਆ ਗਿਆ। ਇਹ ਹੱਡ ਬੀਤੀ ਕਹਾਣੀ ਹੈ, ਸੱਚੀ ਬਿਲਕੁਲ। ਸਰਪੰਚ ਦੇ ਘਰ ਆ ਗਿਆ ਅਤੇ ਘਰ ਆ ਕੇ, ਕਿਉਂਕਿ ਜਿਹੜੇ ਭੁਲੇਖੇ ਪਾਉਣ ਵਾਲੇ, ਬਾਬਾ ਕਬੀਰ ਸਾਹਿਬ ਇੱਥੇ ਇਹੀ ਕਹਿੰਦੇ ਨੇ, ਪੰਡਿਤ ਜੀ ਤੂੰ ਦੁਨੀਆਂ ਨੂੰ ਗੁੰਮਰਾਹ ਕਰਦਾ, ਲੋਕਾਂ ਨੂੰ ਲੁੱਟਣ ਵਾਸਤੇ ਤੂੰ ਆਪਣੀਆਂ ਕਹਾਣੀਆਂ ਬਣਾਉਂਦਾ ਤਾਂ ਕਿ ਲੋਕ ਤੇਰੇ ਵੱਸ 'ਚ ਰਹਿਣ ਅਤੇ ਤੂੰ ਉਹਨਾਂ ਦਾ ਸ਼ੋਸ਼ਣ ਕਰ ਸਕੇ, ਉਹਨਾਂ ਨੂੰ ਗਲਤ ਰਾਹ 'ਤੇ ਪਾ ਕੇ ਉਹਨਾਂ ਨੂੰ ਲੁੱਟ ਸਕੇ। ਸਰਪੰਚ ਬਾਬਾ ਦੇ ਘਰ ਸਾਧ ਆ ਗਿਆ ਜਿਹਦੀ ਉਹ ਪੂਜਾ ਕਰਦਾ ਸੀ। ਉਹ ਸਾਧ ਤਾਂ ਹੁਣ ਮਰ ਗਿਆ ਪਰ ਸਰਪੰਚ ਅਜੇ ਵੀ ਜੀਂਦਾ ਜੀ। ਹੁਣ ਉਹਦੀ ਸਰਪੰਚੀ ਤਾਂ ਚਲੀ ਗਈ ਪਰ ਉਹ ਫਿਰ ਸਾਧ ਨੇ ਵਿਹੜੇ 'ਚ ਬੈਠੀ ਹੋਈ ਇੱਕ ਕੁੱਤੀ ਨੂੰ ਵੇਖਿਆ ਅਤੇ ਸਰਪੰਚ ਨੂੰ ਕਹਿੰਦਾ, ਸਰਪੰਚ ਸਾਹਿਬ ਆਹ ਕੁੱਤੀ ਪਤਾ ਕੌਣ ਹੈ? ਕਹਿੰਦਾ, ਦੱਸੋ ਬਾਬਾ ਜੀ ਕੌਣ ਹੈ? ਕਹਿੰਦਾ, ਤੇਰੀ ਮਾਂ ਹੈ ਪਿਛਲੇ ਜਨਮ ਦੀ, ਇਹਦੀ ਸੇਵਾ ਕਰਿਆ ਕਰ, ਤੇਰਾ ਭਲਾ ਹੋਵੇਗਾ। ਹੁਣ ਕੁੱਤੀ ਦੇ ਗੱਲ 'ਚ ਪਟਾ ਪਾ ਲਿਆ, ਹੁਣ ਬਾਬਾ ਜੀ ਦੀ ਗੱਲ ਸੀ। ਉਹਨੇ ਘਰ ਦੇ ਵਿਹੜੇ 'ਚ ਲਿਆ ਕੇ ਖੜੀ ਕਰ ਦਿੱਤੀ ਆਪਣੀ ਘਰਵਾਲੀ ਨੂੰ। ਘਰਵਾਲੀ ਵੀ ਪੜ੍ਹੀ ਲਿਖੀ ਹੈ ਪਰ ਘਰਵਾਲੀ ਨੂੰ ਕਹਿੰਦੇ, ਆ ਤੇਰੀ ਸਾਸੂ ਮਾਂ ਹੈ, ਇਹਦੀ ਤੂੰ ਸੇਵਾ ਕਰਿਆ ਕਰ। ਸਾਡੇ ਬਾਬਾ ਜੀ ਨੇ ਕਿਹਾ। ਹੁਣ ਉਹ ਵਿਚਾਰੀ ਕੀ ਆਖੇ ਜੇ ਸਮਝਾਉਂਦੀ ਹੈ ਤਾਂ ਵੀ ਘਰ 'ਚ ਕਲੇਸ਼ ਪੈਂਦਾ। ਉਹਨੇ ਰੋਜ਼ ਗਰਮ ਗਰਮ ਫੁਲਕੇ ਲਾ ਕੇ ਅਤੇ ਉਹਨੂੰ ਖਵਾਉਣੀ ਸ਼ੁਰੂ ਹੋਈ। ਸਾਸੂ ਮਾਂ ਹੈ ਜੀ, ਸਾਧ ਜੀ ਨੇ, ਬਾਬਾ ਜੀ ਨੇ ਕਿਹਾ। ਹੋਇਆ ਕਿ ਕਾਫੀ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਹੁਣ ਸਵੇਰੇ ਉੱਠ ਕੇ ਉਹ ਸਾਰਾ ਟੱਬਰ ਉਸ ਕੁੱਤੀ ਦੇ ਦੁਆਲੇ ਵੀ ਇਹਦੀ ਸੇਵਾ ਕਰਨ ਨਾਲ ਹੀ ਭਲਾ ਹੋਣਾ। ਇੱਕ ਦਿਨ ਕੀ ਹੋਇਆ, ਸਰਪੰਚ ਕਿਤੇ ਬਾਹਰ ਗਿਆ ਅਤੇ ਘਰਵਾਲੀ ਨੂੰ ਖਿਆਲ ਨਹੀਂ ਰਿਹਾ ਅਤੇ ਉਹਨੇ ਕੁੱਤੀ ਦਾ ਪਟਾ ਖੋਲ੍ਹ ਦਿੱਤਾ। ਚਲੋ ਸਿਆਪਾ ਨਿਭਣੇ, ਮੈਂ ਤਾਂ ਰੋਜ਼ ਅੱਕੀ ਪਈ ਹਾਂ ਇਹਦੀ ਸੇਵਾ ਕਰ ਕਰਕੇ, ਇਹ ਮੇਰੀ ਸਾਸੂ ਮਾਂ ਬਣ ਗਈ। ਪਿੰਡ ਵਾਲਿਆਂ ਨੇ ਅੱਲ ਪਾ ਦਿੱਤੀ, ਉਹ ਕਿਸੇ ਕੁੱਤੀ ਨੂੰ ਵੇਖਣਾ, ਕੁੱਤੇ ਨੂੰ ਵੇਖਣਾ ਤਾਂ ਉਹਨਾਂ ਕਹਿਣਾ ਉਹ ਸਰਪੰਚ ਦੀ ਮਾਂ ਤੁਰੀ ਜਾਂਦੀ ਹੈ। ਪਰ ਉਹ ਬਾਬੇ ਦੇ ਵੱਸ ਸਨ, ਹੁਣ ਬੋਲ ਨਹੀਂ ਸਕਦੇ, ਜਿੰਨਾ ਮਰਜ਼ੀ ਨੁਕਸਾਨ ਹੋ ਜਾਏ। ਗੁਲਾਮੀ ਤਾਂ ਗੁਲਾਮੀ ਹੁੰਦੀ ਹੈ, ਉਹਦੇ 'ਚ ਬੰਦਾ ਆਜ਼ਾਦ ਨਹੀਂ ਹੋ ਸਕਦਾ। ਇੱਕ ਦਿਨ ਕੀ ਹੋਇਆ, ਉਹ ਜਿਹੜੀ ਕੁੱਤੀ ਸੀ ਉਹ ਬਾਹਰ ਚਲੀ ਗਈ ਅਤੇ ਹੁਣ ਜਿਹਨੂੰ ਚਸਕਾ ਪਿਆ ਹੋਵੇ ਸੋਹਣੇ ਸੋਹਣੇ ਪ੍ਰਸ਼ਾਦਿਆਂ ਦਾ, ਉਹ ਫਿਰ ਜਿੱਥੇ ਮਰਜ਼ੀ ਬਾਹਰ ਜਾਵੇ ਉਹ ਵਾਪਸ ਮੁੜ ਕੇ ਉੱਥੇ ਆਉਂਦੇ। ਜਦੋਂ ਵਾਪਸ ਆਈ ਅਤੇ ਨਾਲ ਚਾਰ ਪੰਜ ਹੋਰ ਵੀ ਆਪਣੇ ਸਾਥੀ ਲੈ ਆਏ। ਸਰਪੰਚ ਸਾਹਿਬ ਜਦੋਂ ਘਰੋਂ ਬਾਹਰ ਗਏ ਸਨ ਉਦੋਂ ਘਰ ਸੀ ਕੁੱਤੀ, ਵਾਪਸ ਆ ਕੇ ਵੇਖਿਆ ਫਿਰ ਕੁੱਤੀ ਘਰ ਹੈ, ਚਾਰ ਪੰਜ ਹੋਰ ਵੀ ਨਾਲ ਬੈਠੇ। ਸਰਪੰਚ ਸਾਹਿਬ ਨੇ ਆਪਣੀ ਘਰਵਾਲੀ ਨੂੰ ਪੁੱਛਿਆ, ਸੇਵਾ ਕੀਤੀ ਹੈ ਮਾਂ ਦੀ? ਕਹਿੰਦੀ ਹੈ, ਮਾਂ ਦੀ ਕੀ, ਅੱਜ ਤਾਂ ਮਾਂ ਦਾ ਸਾਰਾ ਟੱਬਰ ਹੀ ਨਾਲ ਆਇਆ ਸੀ, ਮੈਨੂੰ ਤਾਂ ਸੇਵਾ ਬਹੁਤ ਕਰਨੀ ਪਈ। ਅਖੀਰ ਲੋਕਾਂ ਨੇ ਲੰਘਣਾ ਤੇ ਉਹਨਾਂ ਕਹਿਣਾ, ਉਹ ਵੇਖੋ ਸਰਪੰਚ ਦੀ ਮਾਂ ਤੁਰੀ ਜਾਂਦੀ ਹੈ। ਅਖੀਰ ਉਹ ਅੱਕ ਕੇ ਉਹਨੇ ਬੰਦੂਕ ਚੱਕ ਕੇ ਕੁੱਤੀ ਨੂੰ ਗੋਲੀ ਮਾਰ ਦਿੱਤੀ, ਮਾਂ ਦਾ ਸਿਆਪੇ ਨੂੰ ਮਿਲ। ਇਹੋ ਜਿਹਾ ਧਰਮ ਹੈ ਅਤੇ ਇਹੋ ਜਿਹੀ ਪੂਜਾ ਹੁੰਦੀ ਹੈ ਪੰਜਾਬ ਦੀ ਧਰਤੀ 'ਤੇ। ਤੁਸੀਂ
ਜਲੰਧਰ ਤੋਂ ਇੱਕ ਗੁਦਾਈਪੁਰ ਪਿੰਡ ਪੈਂਦੇ, ਉਸ ਏਰੀਏ 'ਚ ਜਾਓਗੇ ਉੱਥੇ ਇੱਕ ਕੁੱਤਾ ਮਹਾਰਾਜ ਜੀ ਦਾ ਮੰਦਿਰ ਬਣਿਆ ਅਤੇ ਸਿੱਖ ਉੱਥੇ ਲਾਈਨ ਲਾ ਕੇ ਖੜ੍ਹੇ ਹੁੰਦੇ ਨੇ ਪੂਜਾ ਕਰਨ ਵਾਸਤੇ ਵੀ ਇਹਦੇ ਤੋਂ ਸਾਨੂੰ ਸੁੱਖ ਮਿਲਦਾ। ਇਹੀ ਆਨੰਦ, ਇਹੀ ਮਾਨਸਿਕ ਗੁਲਾਮੀ ਗੁਰੂ ਨਾਨਕ ਦਾ ਘਰ ਤੋੜਨਾ ਚਾਹੁੰਦੇ ਭਾਈ, ਉਹਦੇ ਨਾਲ ਸਾਂਝ ਬਣਾ ਜਿਹੜਾ ਹਰ ਥਾਂ 'ਤੇ ਬੈਠੇ ਕਿਵੇਂ ਐਵੇਂ ਸੰਸਾਰ ਦੇ ਲੋਕਾਂ ਦੇ ਪਿੱਛੇ ਲੱਗ ਕੇ ਭਟਕਣਾ ਪੈਦਾ ਕਰੀ ਫਿਰਦਾ। ਇਹ ਗੁੰਮਰਾਹਕੁਨ ਵਿਚਾਰ ਜਿਹੜੀ ਹੈ ਨਾ ਸਾਡੀ ਕੌਮ 'ਚ ਬਹੁਤ ਹੈ ਇਸ ਟਾਈਮ। ਬੜੇ ਬੜੇ ਵੱਡੇ ਵੱਡੇ ਵਿਪਰ ਕਛਹਿਰੇ ਵਾਲੇ ਸਾਧ ਪੈਦਾ ਹੋ ਗਿਆ, ਹੁਣ ਗਾਤਰਿਆਂ ਵਾਲੇ ਜਨੇਊ ਗਾਤਰੇ 'ਚ ਤਬਦੀਲ ਹੋ ਗਿਆ। ਉਹ ਇੰਨਾ ਤੁਹਾਨੂੰ ਘੁਮਾਉਣਗੇ ਨਾ ਵੀ ਹੈਰਾਨੀ ਹੋਏਗੀ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਧਰਮ ਕੀ ਹੈ। ਉਹ ਇਹਨਾਂ ਪਖੰਡ 'ਚ ਪੇਸ਼ ਕਰ ਦੇਣਗੇ। ਐਸੇ ਬਹੁਤ ਸਾਰੇ ਅਖੰਡ ਪਾਠ ਸਾਹਿਬ ਪੰਜਾਬ ਦੀ ਧਰਤੀ 'ਤੇ ਰੱਖੀ ਜਾਂਦੇ ਨੇ। ਅਮੀਰ ਘਰਾਣਿਆਂ 'ਚ 2 ਲੱਖ ਭੇਟਾ ਲਵਾਂਗੇ, 25 ਨਵੇਂ ਕੁੜਤੇ ਪਜਾਮੇ ਸਵਾ ਕੇ ਰੱਖਿਓ, ਮਹਾਸੰਪਟ ਪਾਠ ਕਰਾਂਗੇ। ਜਿਸ ਜਗ੍ਹਾ 'ਤੇ ਪਾਠ ਰੱਖਾਂਗੇ ਉਸ ਜਗ੍ਹਾ 'ਤੇ ਕਿਸੇ ਨੂੰ ਅੰਦਰ ਜਾਣ ਦੀ ਕੋਈ ਇਜਾਜ਼ਤ ਨਹੀਂ। ਉੱਥੇ ਸਿਰਫ ਸਾਡੇ ਭੇਜੇ ਹੋਏ ਸਿੰਘ ਬਹਿਣਗੇ, ਬੰਧਾਨ ਹੋਏਗਾ, ਬਾਣੀ ਤੁਸੀਂ ਸੁਣਨੀ ਨਹੀਂ। ਬਸ ਸਾਨੂੰ 2-4 ਲੱਖ ਦੀ ਸੇਵਾ ਕਰਕੇ ਅਤੇ ਆਪਣਾ ਜੀਵਨ 'ਚ ਆਨੰਦ ਤੁਸੀਂ ਲੈ ਲੈਣਾ। ਇਹੋ ਜਿਹਾ ਧਰਮ ਜਦੋਂ ਜੀਵਨ 'ਚ ਆ ਜਾਏ ਨਾ ਫਿਰ ਬੰਦਾ ਬੰਦਾ ਨਹੀਂ ਰਹਿੰਦਾ, ਬੰਦਾ ਸ਼ੈਤਾਨ ਬਣ ਜਾਂਦਾ। ਇਹੀ ਕਾਰਨ ਹੈ ਅਸੀਂ ਗੁਆਂਢੀ ਨੂੰ ਲੁੱਟ ਕੇ ਖਾਈ ਜਾਂਦੇ ਹਾਂ, ਕਿਉਂਕਿ ਸਾਨੂੰ ਧਰਮ ਹੀ ਬੜਾ ਸੌਖਾ ਹੈ ਵੀ 10 ਲੱਖ ਲੁੱਟੋ, 2 ਲੱਖ ਦਾ ਮਹਾਸੰਪਟ ਪਾਠ ਕਰਾਓ, ਸਾਰਾ ਭਲੇ ਦਾ ਭਲਾ। ਬਾਬਾ ਕਬੀਰ ਕਹਿੰਦੇ ਨੇ ਬਾਹਮਣਾ ਤੂੰ ਗੁੰਮਰਾਹ ਕਰਦੇ, ਮੈਂ ਇੱਥੇ ਬਹਿ ਕੇ ਕਹਿੰਦਾ ਸਾਡੇ ਆਗੂ ਗੁੰਮਰਾਹ, ਤੁਸੀਂ ਵੀ ਇੱਦਾਂ ਹੀ ਕਰਦੇ, ਲੁੱਟ ਤੁਸੀਂ ਵੀ ਰਹੇ ਹੋ। ਜੇ ਭਗਤ ਕਬੀਰ ਬਾਹਮਣ ਨੂੰ ਕਹਿੰਦਾ ਨਾ ਤੂੰ ਗੁੰਮਰਾਹ ਕੀਤਾ, ਇੱਥੇ ਕੋਈ ਮਹਾਂ ਸੰਪਟ ਪਾਠ, ਕੋਈ ਮੋਨੀ ਪਾਠ, ਕੋਈ ਸਹਿਜੀ ਪਾਠ, ਕੋਈ ਬਿਰਬੀ ਪਾਠ, ਕੋਈ ਗੁਣ ਪਾਠ, ਪਤਾ ਨਹੀਂ ਕਿਹੜੇ ਕਿਹੜੇ ਪਾਠ ਨੇ। ਸਿੱਖ ਦੀ ਨਿਗਾਹ 'ਚ ਤਾਂ ਬਾਣੀ ਪੜ੍ਹਨੀ ਹੈ, ਵਿਚਾਰਨੀ ਹੈ, ਸਹਿਜ ਪਾਠ ਕਰਨਾ ਹੈ। ਵੱਧ ਤੋਂ ਵੱਧ ਜਿਹੜਾ ਰੂਪ ਇੱਥੇ ਅਖੰਡ ਪਾਠ ਸਾਹਿਬ ਦਾ ਪਿਛਲੇ ਦਿਨੀ ਚੱਲਿਆ ਉਹ ਹੋਵੇ, ਜਿਹਦੇ ਨਾਲ ਅਸੀਂ ਖੁਦ ਬਾਣੀ ਪੜ੍ਹੀਏ, ਵਿਚਾਰੀਏ। ਜੇ ਪੜ੍ਹ ਨਹੀਂ ਸਕਦੇ ਸੁਣੀਏ, ਜੇ ਸੁਣਨ ਆਪਣੀ ਜ਼ਿੰਦਗੀ 'ਚ ਸੁਣਾਂਗੇ, ਪੜ੍ਹਾਂਗੇ, ਵਿਚਾਰਾਂਗੇ ਤਾਂ ਭਲਾ ਹੋਏਗਾ। ਹੁਣ 4 ਦੀਵਾਰੀ ਕੀਤੀ ਹੈ, ਅੰਦਰ ਪਾਠ ਹੁੰਦਾ ਨਹੀਂ ਹੁੰਦਾ ਕੀ ਪਤਾ ਲੱਗਦਾ ਹੈ, ਪਰ ਤੁਹਾਡੇ ਤਾਂ 2-4 ਲੱਖ ਬੰਨੇ ਕਰ ਗਏ ਨਾ ਅਗਲੇ। ਇਹ ਵਪਾਰੀ ਕਰਨਾ ਧਰਮ ਦਾ। ਹੁਣ ਪੰਡਿਤ ਬਾਬਾ ਕਬੀਰ ਸਾਹਿਬ ਦੇ ਸਾਹਮਣੇ ਤਾਂ ਨਿੰਮੋ ਝੋਣੇ, ਕਿਉਂਕਿ ਉਹਨੂੰ ਪਤਾ ਕੋਈ ਨਹੀਂ ਹਕੀਕਤ ਕੀ ਹੈ। ਕਹਿੰਦੇ ਨੇ ਹਮ ਕਰ, ਪੰਡਿਤ ਜੀ ਤੂੰ ਜਨੇਊ ਪਾ ਕੇ ਕਹਿੰਦਾ ਹੈ ਵੀ ਮੈਂ ਧਰਮੀ ਹਾਂ, ਪਰ ਜਨੇਊ ਕਿਹਦਾ ਬਣਦੇ ਹੋ? ਕਹਿੰਦਾ ਧਾਗੇ ਦਾ। ਕਹਿਣ ਲੱਗੇ ਮੇਰੇ ਘਰ 'ਚ ਆ ਢੇਰ ਲੱਗਿਆ ਪਿਆ ਧਾਗੇ। ਜੇ ਇਕੱਲਾ ਜਨੇਊ ਪਾਉਣਾ ਹੀ ਧਰਮ ਦੀ ਨਿਸ਼ਾਨੀ ਹੈ, ਧਾਗਾ ਪਾ ਕੇ ਧਰਮੀ ਬਣ ਜਾਣਾ ਅਤੇ ਮੇਰੇ ਘਰ ਢੇਰ ਲੱਗਿਆ ਪਿਆ, ਇੱਥੇ ਫੈਕਟਰੀ ਧਾਗਿਆਂ ਦੀ। ਹਮ ਕਰ ਸੂਤ, ਅਸੀਂ ਤਾਂ ਸੂਤ ਕੱਤਦੇ ਹਾਂ। ਤਨੇ ਨਿਤ ਤਾਨਾ ਕੰਠ ਜਨੇਊ ਤੁਮਾਰੇ, ਤੇਰੇ ਗਲ 'ਚ ਜਨੇਊ ਹੈ ਥੋੜ੍ਹੇ ਜੇ ਧਾਗਿਆਂ ਦਾ, ਸਾਡੇ ਘਰ ਧਾਗਿਆਂ ਦਾ ਢੇਰ ਲੱਗਿਆ। ਇਸ ਖਿਆਲ ਨਾਲ ਜੇ ਧਾਗਾ ਹੀ ਧਰਮ ਦੀ ਨਿਸ਼ਾਨੀ ਹੈ ਤਾਂ ਫਿਰ ਤੇਰੇ ਨਾਲੋਂ ਵੱਧ ਧਰਮੀ ਤਾਂ ਅਸੀਂ ਹੋਏ, ਸਾਡਾ ਤਾਂ ਸਾਰਾ ਪਰਿਵਾਰ ਹੀ ਧਾਗਿਆਂ 'ਚ ਖੇਡਦਾ, ਸਾਡਾ ਤਾਂ ਬਿਜਨਸ ਹੀ ਹੈ। ਮਤ ਸਮਝਣਾ ਜੇ ਇਕੱਲਾ ਕਿਰਪਾਨ ਧਾਰਨ ਕਰਨਾ ਹੀ ਧਰਮ ਹੈ ਤਾਂ ਮਤ ਸਮਝੋ ਜਿਹਦੀ ਕਿਰਪਾਨਾਂ ਅਤੇ ਗਾਤਰਿਆਂ ਦੀ ਫੈਕਟਰੀ ਹੈ ਉਹ ਤਾਂ ਸਭ ਤੋਂ ਵੱਡਾ ਧਰਮੀ ਹੋ ਜਾਏਗਾ, ਉਹ ਤਾਂ ਇਹੀ ਬਿਜਨਸ। ਗੁਰੂ ਕਹਿੰਦੇ ਕੁਆਲਿਟੀ ਪੈਦਾ ਕਰੋ, ਜਦੋਂ ਅੰਦਰ ਗੁਣ ਹੋਣਗੇ ਫਿਰ ਤਨ 'ਤੇ ਪਾਏ ਹੋਏ ਸ਼ਸਤਰ 'ਤੇ ਬਾਣਾ ਵੀ ਸੋਹਣਾ ਲੱਗਦਾ ਹੈ, ਸ਼ੋਭਦਾ। ਫਿਰ ਉਸ ਬਾਣੀ ਦਾ ਵੀ ਸਤਿਕਾਰ ਹੈ, ਇੱਜ਼ਤ ਹੈ, ਮਾਣ ਹੈ। ਜੇ ਅੰਦਰ ਕੁਝ ਨਹੀਂ
ਅਤੇ ਫਿਰ ਬਾਣਾ ਵੀ ਬਲੀਆਂ ਬੇਟ ਹੋ ਜਾਂਦੇ। ਇੱਥੇ ਸੰਸਾਰਿਕ ਜੀਵਨ 'ਚ ਬਹੁਤ ਸਾਰੇ ਐਸੇ ਵੇਖੇ ਗਏ ਜਿਨ੍ਹਾਂ ਦੇ ਤਨ 'ਤੇ ਧਾਰਮਿਕ ਲਿਬਾਸ ਹੈ ਪਰ ਕੁਕਰਮਾਂ ਦਾ ਵੀ ਇੰਨਾ ਕੁਝ ਸੰਸਾਰ ਦੇ ਸਾਹਮਣੇ ਪੇਸ਼ ਕਰ ਦਿੰਦੇ ਨੇ, ਲੋਕ ਨਮੋਸ਼ੀ ਝੱਲਦੇ ਨੇ ਵੀ ਆਹ ਵੀ ਧਰਤੀ ਹੈ। ਬਾਬਾ ਕਬੀਰ ਸਾਹਿਬ ਕਹਿਣਗੇ ਫਰਕ ਹੈ ਪੰਡਿਤ ਜੀ ਤੇਰੇ ਤੇ ਮੇਰੇ 'ਚ, ਧਾਗਿਆਂ ਨਾਲ ਧਰਮ ਨਹੀਂ। ਇਸ ਕਰਕੇ ਤੁਮ ਤੋਂ ਵੇਦ ਪੜ੍ਹੋ ਗਾਇਤਰੀ, ਤੁਸੀਂ ਗਾਇਤਰੀ ਮੰਤਰ ਪੜ੍ਹਦੇ ਹੋ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ। ਗੋਬਿੰਦ ਰਿਹਾ ਹਮਾਰਾ, ਤੁਹਾਡੇ ਕੋਲ ਮੰਤਰ ਹੈ, ਮੇਰੇ ਕੋਲ ਸੱਚ ਹੈ, ਮੇਰਾ ਮਾਲਕ ਹੈ, ਮੇਰੇ ਹਿਰਦੇ ਦਾ ਸ਼ਿੰਗਾਰ ਹੋਵੇ। ਮੈਂ ਕਿਸੇ ਗਾਰੜੀ ਮੰਤਰ ਦੇ ਨਾਲ ਲੋਕਾਂ ਨੂੰ ਗੁੰਮਰਾਹ ਨਹੀਂ ਕਰਦਾ। ਬਾਬਾ ਕਬੀਰ ਸਾਹਿਬ ਨੇ ਅਗਲੀ ਗੱਲ ਕਹੀ, ਕਹਿਣ ਲੱਗੇ ਹਮ ਗੋਰੂ ਤੁਮ ਗਵਾਰ ਗੁਸਾਈ, ਕਹਿਣ ਲੱਗੇ ਤੂੰ ਸਾਡਾ ਗਵਾਲਾ ਹੈ, ਆਗੂ ਹੈ, ਅਤੇ ਅਸੀਂ ਤੇਰੇ ਜਾਨਵਰ। ਗੋਰੂ ਕਿਹਾ ਜਾਂਦਾ ਪਸ਼ੂਆਂ ਨੂੰ, ਗਵਾਰ ਕਿਹਾ ਜਾਂਦਾ ਗਵਾਲੇ ਨੂੰ, ਪਸ਼ੂ ਚਰਾਉਣ ਵਾਲਾ ਗਵਾਲਾ। ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਜਨਮਾਂ ਜਨਮਾਂਤਰਾਂ ਦੇ ਰਾਖੇ ਬਣ ਕੇ ਬੈਠੇ ਹੋ ਸਾਡੇ। ਪਰ ਕਬੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ, ਤੂੰ ਆਪਣੇ ਵੱਸ 'ਚ ਕੀਤਾ ਹੋਏ, ਕਦੀ ਸਾਡੀ ਜ਼ਿੰਦਗੀ ਨੂੰ ਸਫਲ ਕਰਨ ਦੀ ਗੱਲ ਪੰਡਿਤ ਤੂੰ ਅੱਜ ਤੱਕ ਨਹੀਂ ਕੀਤੀ, ਕਦੀ ਸਾਨੂੰ ਪਾਰਲਾ ਬੰਨਾ ਨਹੀਂ ਵਿਖਾਇਆ, ਤੂੰ ਸਾਨੂੰ ਚਰਾਉਣਾ ਹੈ ਜਿਵੇਂ ਪਸ਼ੂਆਂ, ਕਈ ਪਸ਼ੂਆਂ ਨੂੰ ਇੱਕ ਗਵਾਲਾ ਆਪਣੇ ਵੱਸ 'ਚ ਕਰਕੇ ਅਤੇ ਜਿੱਦਣ ਮਰਜ਼ੀ ਸੋਟੀ ਮਾਰ ਕੇ ਹੱਕ ਕੇ ਲੈ ਜਾਂਦਾ। ਕਹਿਣ ਲੱਗੇ ਅਸੀਂ ਵੀ ਤੇਰੇ ਪਸ਼ੂ ਹਾਂ, ਇਸ ਦੁਨੀਆਂ ਨੂੰ ਤੂੰ ਆਪਣੇ ਵੱਸ 'ਚ ਕੀਤਾ ਹੋਇਆ ਅਤੇ ਜਿੱਧਰ ਮਰਜ਼ੀ ਸੋਟੀ ਮਾਰ ਕੇ ਹੱਕ ਕੇ ਲੈ ਜਾਂਦੇ। ਇਹ ਪਸ਼ੂ ਨੇ ਤੇਰੇ ਸਾਹਮਣੇ ਨਹੀਂ ਬੋਲਦੇ, ਜਿੱਦਣ ਇਹਨਾਂ ਪਸ਼ੂਆਂ ਨੂੰ ਆਪਣੇ ਇਨਸਾਨ ਹੋਣ ਦਾ ਫਰਜ਼ ਪਤਾ ਲੱਗ ਗਿਆ ਉੱਦਣ ਬਾਹਮਣੇ ਤੇਰੇ ਸਾਹਮਣੇ ਖਲੋ ਜਾਣਗੇ। ਜਿੱਦਣ ਸੱਚ ਬੋਲਦਾ ਹੈ ਫਿਰ ਬਾਹਮਣ ਦੀ ਬਾਂਹ ਫੜ ਕੇ ਵੀ ਬਾਬੇ ਨਾਨਕ ਦੇ ਘਰ ਦੇ ਵਿਹੜੇ 'ਚੋਂ ਬਾਹਰ ਕੱਢ ਦਿੱਤਾ ਜਾਂਦਾ। ਤਬਦੀਲੀ ਹੈ ਨਾ, ਜਿੰਨਾ ਚਿਰ ਤੱਕ ਪਸ਼ੂ ਨੇ ਸਪਸ਼ਟ ਜੇ ਅਰਥ ਨੇ। ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਕਿਹੋ ਜੇ ਸਾਡੇ ਮਾਲਕ ਹੋ, ਕਦੀ ਪਾਰਲਾ ਪੰਨਾ ਵਿਖਾਇਆ ਹੀ ਨਹੀਂ, ਕਦੀ ਜ਼ਿੰਦਗੀ ਦੀ ਸਫਲਤਾ ਦੀ ਗੱਲ ਹੀ ਨਹੀਂ ਕੀਤੀ, ਸਾਨੂੰ ਉਲਝਣਾ 'ਚ ਉਲਝਾ ਕੇ ਰੱਖੇ, ਸਾਰੀ ਜ਼ਿੰਦਗੀ ਉਲਝਣਾ 'ਚ ਉਲਝੇ ਰਹੇ, ਸਾਨੂੰ ਇਸ ਮਨੁੱਖਾ ਜਨਮ ਦੀ ਕੀਮਤ ਬਾਰੇ ਵਿਪਰ ਤੂੰ ਕਦੀ ਨਹੀਂ ਸਮਝਾਇਆ, ਕਿਹੋ ਜਿਹਾ ਸਾਡਾ ਧਾਰਮਿਕ ਆਗੂ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸ਼ਬਦ ਵਰਤਿਆ, ਭਾਈ ਜੇ ਅੰਨਾ ਆਗੂ ਹੋਵੇ ਨਾ ਤਾਂ ਉਹਦੇ ਤੋਂ ਪਾਸੇ ਹੋ ਜਾਓ ਤਾਂ ਹੀ ਭਲਾ ਜੀ, ਕੈਸੇ ਖਸਮ ਹਮਾਰੇ। ਸਾਡੇ ਜਥੇਦਾਰਾਂ ਵੱਲ ਵੇਖ, ਮਾਫ ਕਰਨਾ, ਇਹ ਗੱਲ ਬੜੀ ਫਿੱਟ ਬਹਿੰਦੀ। ਦੁਨਿਆਵੀ ਅਦਾਲਤਾਂ ਜਿਹਨੂੰ ਦੋਸ਼ੀ ਕਰਾਰ ਦਿੰਦੀਆਂ ਨੇ, ਸਾਡੇ ਵਾਲੇ ਕੌਮ ਦਾ 91 ਲੱਖ ਰੁਪਈਆ ਇਸ਼ਤਿਹਾਰਾਂ 'ਤੇ ਲਾਉਂਦੇ ਨੇ ਵੀ ਇਹ ਰਾਮ ਰਹੀਮ ਬੜਾ ਪਾਕ ਸਾਫ ਹੁੰਦਾ ਹੈ। ਸੋਚ ਕੇ ਦੇਖੋ ਕਿੱਥੇ ਜਾਂਦੀ ਹੈ ਕਹਾਣੀ। ਜਿਸ ਦਰਬਾਰ ਸਾਹਿਬ ਦੀ ਗੋਲਕ 'ਚ ਤੁਸੀਂ ਪੈਸਾ ਪਾਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਂਗ ਬਣਾਉਣ ਵਾਲੇ ਨੂੰ ਸਰਕਾਰੀ ਦਬਾਬ ਥੱਲੇ ਮਾਫ਼ੀ ਦਿੱਤੀ ਗਈ, ਮਨਫੀ ਕਰ ਦਿੱਤਾ ਗਿਆ, ਜਿਹਦਾ ਕੌਮ ਨਾਲ ਕੋਈ ਵਾਸਤਾ ਨਹੀਂ, ਪਰ ਉਸ ਮਾਫ਼ੀ ਨੂੰ ਸਿੱਧ ਕਰਨ ਵਾਸਤੇ 91 ਲੱਖ ਰੁਪਈਏ ਦੇ ਇਸ਼ਤਿਹਾਰ ਜਿਹੜੇ ਗੁਰਦੁਆਰੇ ਦੇ ਬਜਟ 'ਚ ਆਏ
ਲਾਏ ਗਏ ਪੰਜਾਬ ਦੀ ਧਰਤੀ ਤੇ ਵੱਖ ਵੱਖ ਥਾਵਾਂ ਤੇ ਵੀ ਜਥੇਦਾਰਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਚੰਗਾ ਕੀਤਾ ਹੈ, ਪਰ ਹੁਣ ਨਮੋਸ਼ੀ ਝੱਲਣੀ ਪੈ ਰਹੀ ਹੈ ਨਾ ਵੀ ਜਦੋਂ ਦੁਨਿਆਵੀ ਅਦਾਲਤ ਕਹਿੰਦੀ ਹੈ ਦੋਸ਼ੀ ਹੈ, ਇਹ ਬਲਾਤਕਾਰੀ ਹੈ, ਇਹ ਰੇਪਿਸਟ ਹੈ, ਇਹਨੇ ਬਹੁਤ ਸਾਰੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕੀਤਾ, ਸਮਾਜਿਕ ਸ਼ੋਸ਼ਣ ਕੀਤਾ, ਫਿਰ ਕਹਿੰਦਾ ਕਹਿਣਾ ਪੈਂਦਾ ਨੇ ਕਬੂ ਨ ਪਾਰ ਉਤਾਰ ਚਰਾਇਓ ਕੈਸੇ ਖਸਮ ਨਵਾਰੇ। ਕਿਹੋ ਜੇ ਸਾਡੇ ਮਾਲਕ, ਇਹ ਗੱਲ ਕੇਵਲ ਬਿੱਪਰ ਤੇ ਨਹੀਂ ਢੁਕਦੀ, ਸਾਡੇ ਤੇ ਵੀ ਫਿੱਟ ਹੁੰਦੀ ਹੈ ਵੀ ਜਿਹੜੇ ਸਾਡੇ ਆਗੂ ਬਣ ਕੇ ਬੈਠੇ। ਸਪਸ਼ਟਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਇੱਕ ਰੂਪ 'ਚ ਹੈ, ਇੱਕ ਇੱਕ ਸ਼ਬਦ 'ਚ ਹੈ, ਇੱਕ ਇੱਕ ਵਿਚਾਰ 'ਚ ਹੈ। ਇਸੇ ਕਰਕੇ ਇਸ ਬਾਣੀ ਸਾਂਝੀ ਹੈ ਜਿਹਨੂੰ ਅਸੀਂ ਸਰਬ ਸਾਂਝੀ ਗੁਰਬਾਣੀ ਕਹਿੰਦੇ। ਜਿੱਥੇ ਵੀ ਲਾ ਕੇ ਵੇਖੋਗੇ ਬਿਲਕੁਲ ਬਿਲਕੁਲ ਸਾਫ਼ ਢੁਕੇਗੀ, ਸਪਸ਼ਟ ਢੁਕੇਗੀ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਸ ਪੱਖ ਦਾ ਆਧਾਰ ਭਾਈ ਕਾਨ ਸਿੰਘ ਨਾਭਾ ਨੇ ਇੱਕ ਕਵਿਤਾ ਬੜੇ ਕਮਾਲ ਦੀ ਕਹੀ, ਕਹਿਣ ਲੱਗੇ ਮੀਰਾ ਕੋ ਉਪਾਸ਼ਕ ਕਬਹੂ ਲਾਲ ਬੇਗੀ ਹੈ, ਕਦੀ ਤੇ ਮੀਰਾ ਦਾ ਭਗਤ ਬਣ ਜਾਂਦਾ ਤੇ ਕਦੀ ਲਾਲਚੀ ਚੁੰਨੀ ਪਾ ਕੇ ਤੇ ਕਿਸੇ ਹੋਰ ਦੇਵੀ ਅੱਗੇ ਨੱਚਣ ਲੱਗ ਪਿਆ। ਐਸੇ ਮਨੁੱਖ ਦਾ ਕਰਨਾ ਕੀ ਚਾਹੀਦਾ? ਸਪਸ਼ਟ ਜੀ ਗੱਲ ਉਹਨਾਂ ਨੇ ਕਹੀ, ਕੌਮ ਦੇ ਮਹਾਨ ਵਿਦਵਾਨ, ਉਹ ਕਹਿੰਦੇ ਨੇ ਮੀਰਾ ਕੋ ਉਪਾਸ਼ਕ ਕਬਹੂ ਲਾਲ ਬੇਗੀ ਹੈ, ਪੰਥ ਤੇ ਨਿਕਾਰੀਏ ਜੋ ਚਮਚ ਹਰ ਦੇਗੀ ਹੈ। ਜਿਸ ਚਮਚੇ ਨੂੰ ਹਰ ਇੱਕ ਦੇਗ 'ਚ ਸਵਾਦ ਲੈਣ ਦੀ ਆਦਤ ਪੈ ਜਾਵੇ ਉਹਨੂੰ ਕੌਮ 'ਚੋਂ ਬਾਹਰ ਕਰ ਦੇਣਾ ਚਾਹੀਦਾ। ਪੰਥ ਤੇ ਨਿਕਾਰੀਏ ਜੋ ਚਮਚ ਹਰ ਦੇਗੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਿਹੋ ਜੇ ਸਾਡੇ ਖਸਮ, ਸਾਡੀ ਜ਼ਿੰਦਗੀ ਨੂੰ ਕਦੀ ਤੁਸੀਂ ਸਫਲ ਕਰਨ ਦੀ ਗੱਲ ਕੀਤੀ ਨਹੀਂ, ਤੁਸੀਂ ਸੌਦੇਬਾਜ਼ੀਆਂ ਕਰਦੇ ਰਹੇ, ਤੁਸੀਂ ਸਮਾਜਿਕ ਸ਼ੋਸ਼ਣ ਕੀਤਾ ਹੈ, ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣ ਦੀਆਂ ਗੱਲਾਂ ਕੀਤੀਆਂ ਨੇ। ਅਤੇ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਅਗਲੀ ਪੰਕਤੀ 'ਚ ਕਰ ਦਿੱਤਾ ਵੀ ਤੁਹਾਡੀ ਸਾਂਝ ਕਿੰਨਾ ਨਾਲ ਹੈ, ਤੁਸੀਂ ਰਾਜਿਆਂ ਦੇ ਚਮਚੇ ਹੋ, ਚੇਲੇ ਹੋ, ਜੋ ਉਹ ਕਹਿਣਗੇ ਉਹ ਤੁਸੀਂ ਕਰੋਗੇ। ਤੂੰ ਬਾਹਮਣ ਮੈਂ ਕਾਸ਼ੀਕ ਜੁਲਹਾ, ਤੂੰ ਬਾਹਮਣ ਹੈ ਕਾਸ਼ੀ ਦਾ। ਇਹ ਜਿਹੜਾ ਕਾਸ਼ੀਕ ਸ਼ਬਦ ਹੈ ਨਾ, ਕਾਸ਼ੀ ਨਾਲ ਸੰਬੰਧ ਰੱਖਦੇ, ਬਨਾਰਸ ਦੀ ਧਰਤੀ। ਕਹਿਣ ਲੱਗੇ ਇਹ ਡੇਲੀ ਡੀਪਕ ਸ਼ਬਦ ਹੈ, ਦੋਨੋਂ ਪਾਸੇ ਯੂਜ ਹੋਏਗਾ, ਬਾਹਮਣ ਦੇ ਨਾਲ ਵੀ ਲੱਗੇਗਾ ਅਤੇ ਜੁਲਾਹੇ ਨਾਲ ਵੀ ਲੱਗੇਗਾ। ਵਿਆਕਰਣ ਦਾ ਨਿਯਮ ਕਹਿੰਦਾ ਤੂੰ ਬਾਹਮਣ ਮੈਂ ਕਾਸ਼ੀਕ ਜੁਲਾ, ਤੂੰ ਕਾਸ਼ੀ ਦਾ ਬ੍ਰਾਹਮਣ ਅਤੇ ਮੈਂ ਕਾਸ਼ੀ ਦਾ ਜੁਲਾਹ। ਫਰਕ ਦੋਨਾਂ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ, ਬੂਝੋ ਮੋਰ ਗਿਆ। ਮੇਰੀ ਇਸ ਗੱਲ ਨੂੰ ਸਮਝ ਬੜੇ ਧਿਆਨ ਨਾਲ, ਤੂੰ ਬਾਹਮਣ ਮੈਂ ਕਾਸ਼ੀਕ ਜੁਲਹਾ ਬੂਝੋ ਮੋਰ ਗਿਆਨਾ, ਮੈਨੂੰ ਤੇਰੀ ਵਿਦਿਆ ਪੜ੍ਹਨ ਦੀ ਲੋੜ ਨਹੀਂ, ਮੈਨੂੰ ਪਤਾ ਹੈ ਵੀ ਤੂੰ ਕੀ ਹੈ ਅਤੇ ਮੈਂ ਕੀ ਹੈ। ਹੁਣ ਉਹਨਾਂ ਨੇ ਅਗਲੀ ਗੱਲ ਕਹੀ, ਕਹਿਣ ਲੱਗੇ ਤੁਮ ਤੋਂ ਜਾਚੇ ਭੂਪਤ ਰਾਜੇ, ਤੁਸੀਂ ਰਾਜਿਆਂ ਨੂੰ ਖੁਸ਼ ਕੀਤਾ ਹੋਰ ਕੁਝ ਨਹੀਂ। ਸਾਡੀ ਕੌਮ ਦੇ ਜਥੇਦਾਰਾਂ ਨੇ ਬਾਦਲ ਨੂੰ ਖੁਸ਼ ਕੀਤੇ ਨਾ, ਹੋਰ ਤਾਂ ਕੁਝ ਨਹੀਂ ਕੀਤਾ। ਤੁਹਾਡਾ ਕੈਲੰਡਰ ਕਤਲ ਕਰਦਾ, ਤੁਹਾਡੀਆਂ ਧਾਰਮਿਕ ਭਾਵਨਾਵਾਂ ਦਾ ਦਾਇਰਾ ਜਿਹੜਾ ਵਧਣਾ ਚਾਹੀਦਾ ਸੀ ਉਹਨੂੰ ਹੋਰ ਸੀਮਿਤ ਕਰਤਾ, ਮਜ਼ਾਕ ਬਣ ਗਈ ਕੌਮ ਦੀ, ਪਰ ਉਹ ਫਿਰ ਵੀ ਚੁੱਪ ਬੈਠੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ, 15-15 ਦਿਨ ਸਾਰੀ ਕੌਮ ਸੜਕਾਂ 'ਤੇ ਹੈ। ਧਿਆਨ ਮਾਰ ਕੇ ਦੇਖ, ਮੈਂ ਆਪਣੇ ਅਸੀਂ ਬਿੱਪਰ ਨਾਲ ਕੀ ਲੈਣਾ, ਸਾਡੇ ਆਪਣੇ ਘਰ ਦੇ ਖਿਲਾਰੇ ਬਹੁਤ। 15-15 ਦਿਨ ਹੋ ਗਏ ਸਾਰੀ ਕੌਮ ਸੜਕਾਂ 'ਤੇ ਬੈਠੀ ਹੈ। ਦੋ ਨੌਜਵਾਨ ਸਰਦਾਰ ਕਿਸ਼ਨ ਸਿੰਘ ਅਤੇ ਸਰਦਾਰ ਗੁਰਜੀਤ ਸਿੰਘ ਸ਼ਹੀਦ ਹੋ ਗਏ, ਗੋਲੀਆਂ ਲੱਗੀਆਂ ਬਰਗਾੜੀ ਕਾਂਡ 'ਚ।
50 ਤੋਂ ਵੱਧ ਜ਼ਖਮੀ ਹੋ ਗਏ, 15 ਦਿਨ ਬਤੀਤ ਹੋ ਗਏ, ਜਥੇਦਾਰ ਦੀ ਇੱਕ ਸਟੇਟਮੈਂਟ ਨਹੀਂ ਆਈ। ਜਦੋਂ ਸਾਰਾ ਕੁਝ ਸ਼ਾਂਤ ਹੋ ਗਿਆ, ਫਿਰ ਸਰਕਾਰੀ ਬੰਦਿਆਂ ਦੇ ਕਹਿਣ 'ਤੇ, ਜਿਨ੍ਹਾਂ ਦੀ ਸਰਕਾਰ ਹੈ, ਜਿਹਨੂੰ ਪੰਥਕ ਕਿਹਾ ਜਾਂਦਾ, ਉਹਨਾਂ ਦੇ ਕਹਿਣ 'ਤੇ ਜਥੇਦਾਰ 15 ਦਿਨ ਬਾਅਦ ਬੋਲਦਾ ਵੀ ਬਹੁਤ ਮਾੜਾ ਹੋਇਆ ਹੈ, ਇਹ ਬਹੁਤ ਗਲਤ ਹੈ। ਫਿਰ ਕੀ ਬਾਬਾ ਕਬੀਰ ਸਾਹਿਬ ਕਹਿੰਦੇ, ਤੁਮ ਤੋਂ ਜਾਚੇ ਭੂਪਤ ਰਾਜੇ, ਤੁਸੀਂ ਜਾਚਨਾ ਕੀਤੀ ਹੈ, ਤੁਸੀਂ ਖੁਸ਼ ਕੀਤੇ ਰਾਜਿਆਂ ਨੂੰ, ਤੁਹਾਡੀ ਭਗਤੀ ਰਾਜਿਆਂ ਵਾਸਤੇ ਹੈ, ਸਮਾਜ ਵਾਸਤੇ ਨਹੀਂ। ਤੁਸੀਂ ਜਿਸ ਪੋਸਟ 'ਤੇ ਜਿਸ ਧਾਰਮਿਕ ਆਗੂ ਦੇ ਰੂਪ 'ਚ ਬੈਠੇ ਹੋ, ਤੁਸੀਂ ਰਾਜਿਆਂ ਤੋਂ ਇਲਾਵਾ ਕਿਸੇ ਨੂੰ ਖੁਸ਼ ਨਹੀਂ ਕੀਤਾ। ਪਰ ਮੈਂ ਹਰ ਸਿਓ ਮੋਰ ਧਿਆਨਾ, ਮੈਂ ਆਪਣੇ ਮਾਲਕ ਦੀ ਖੁਸ਼ੀ ਲਈ ਹੈ। ਮੈਂ ਇਹਨਾਂ ਝੂਠਿਆਂ ਰਾਜਿਆਂ ਨੂੰ ਆਪਣੇ ਆਪ 'ਚ ਖੁਸ਼ ਨਹੀਂ ਕੀਤਾ, ਮੈਂ ਤਾਂ ਆਪਣੇ ਮਾਲਕ ਦੇ ਰਾਹ 'ਤੇ ਤੁਰਿਆ। ਐ ਬਿਪਰ, ਤੇਰੇ ਅਤੇ ਮੇਰੇ 'ਚ ਇਹੀ ਜ਼ਮੀਨ ਆਸਮਾਨ ਦਾ ਅੰਤਰ ਹੈ। ਤੁਹਾਡੀ ਜਾਚਨਾ ਸਿਰਫ ਬਾਦਸ਼ਾਹਾਂ ਤੱਕ ਸੀਮਤ ਹੈ। ਤੁਸੀਂ ਦੁਨਿਆਵੀ ਰਾਜਿਆਂ ਨੂੰ ਖੁਸ਼ ਕਰਦੇ, ਉਹਨਾਂ ਦੇ ਸੋਹਲੇ ਗਾਉਂਦੇ ਹੋ। ਇਹੀ ਕਾਰਨ ਹੈ, ਜਿਸ ਪਰਿਵਾਰ ਨੇ ਸਾਰੀ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੋਵੇ, ਸੱਚ ਹੈ ਅਕਾਲ ਤਖਤ ਸਾਹਿਬ ਦੀ ਸਟੇਜ ਤੋਂ, ਸਾਡੇ ਕੌਮ ਦੇ ਪੰਥ ਤੋਂ ਉਸ ਪਰਿਵਾਰ ਵਾਸਤੇ ਜਥੇਦਾਰ ਬੋਲ ਕੇ ਕਹਿੰਦਾ ਹੋਵੇ, ਰੋਜ਼ ਸਵੇਰੇ ਉੱਠਿਆ ਕਰੋ, ਅਰਦਾਸ ਕਰਿਆ ਕਰੋ, ਬੇਨਤੀਆਂ ਕਰਿਆ ਕਰੋ, ਇਸ ਪਰਿਵਾਰ ਦਾ ਭਲਾ ਹੋਵੇ। ਸੱਚ ਹੈ ਤੁਹਾਡੀ ਜਾਚਨਾ ਉਹਨਾਂ ਰਾਜਿਆਂ ਵਾਸਤੇ ਹੈ, ਕੌਮ ਵਾਸਤੇ ਨਹੀਂ। ਤੁਮ ਤੋਂ ਜਾਚੇ ਭੂਪਤ ਰਾਜੇ, ਹਰ ਸਿਓ ਮੋਰ ਧਿਆਨਾ, ਪਰ ਮੇਰੀ ਕੌਮ ਚਾਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ। ਬਾਬਾ ਕਬੀਰ ਕਹਿੰਦੇ, ਮੈਂ ਚਾਹੁੰਦਾ ਹਾਂ ਰੱਬ ਦੀ ਬਾਤ ਹੋਵੇ, ਮੇਰੇ ਜੀਵਨ 'ਚ ਸੱਚ ਟਿਕ ਜਾਏ, ਮੈਂ ਰਾਜਿਆਂ ਦਾ। ਇਸੇ ਕਰਕੇ ਉਹਨਾਂ ਕਿਹਾ ਸੀ, ਬ੍ਰਹਮ ਨੇ ਇੱਕ ਗੱਲ ਹਮੇਸ਼ਾ ਯਾਦ ਰੱਖੀ, ਸਾਡਾ ਧਰਮ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ ਵੀ ਕੋਈ ਇੱਕ ਬੰਦਾ ਬਹਿ ਕੇ ਅਤੇ ਸਾਰੇ ਫੈਸਲੇ ਥੋਪੀ ਜਾਵੇ, ਨਹੀਂ। ਇੱਥੇ ਸਪਸ਼ਟ ਕਿਹਾ ਗਿਆ ਬਾਣੀ 'ਚ, ਆਪਣ ਬਾਪੇ ਨਹੀਂ ਕਿਸੇ ਕੋ, ਰੱਬ ਕਿਸੇ ਦੇ ਬਾਪ ਦੀ ਜਗੀਰ ਨਹੀਂ। ਭਾਵਨ ਕੋ ਹਰ ਰਾਜਾ, ਉਹ ਭਾਵਨਾ ਦਾ ਬੱਚਾ ਹੈ, ਜਿਹਨੇ ਆਪਣੇ ਜੀਵਨ 'ਚ ਮਾਲਕ ਦੇ ਗੁਣਾਂ ਨੂੰ ਜੀਵਨ 'ਚ ਸਮਾ ਲਿਆ, ਉਹ ਰੱਬ ਨੂੰ ਖੁਸ਼ ਕਰ ਲਏਗਾ। ਰੱਬ ਕਿਸੇ ਦੇ ਬਾਪ ਦੀ ਜਗੀਰ ਨਹੀਂ ਵੀ ਕਿਸੇ ਖਾਸ ਬੰਦੇ ਨੂੰ ਸੇਵਾ ਕਰਨ ਦਾ ਮੌਕਾ ਮਿਲੇ ਅਤੇ ਦੂਸਰੇ ਨੂੰ ਨਹੀਂ। ਸਪਸ਼ਟਤਾ ਹੈ ਬਾਣੀ 'ਚ। ਜਦੋਂ ਅਸੀਂ ਵਿਚਾਰ ਕੇ ਵੇਖਾਂਗੇ, ਸਾਡੇ ਵਿਹੜੇ ਦੇ ਸਾਰੇ ਪਾਪ ਕੁਕਰਮ ਸਾਹਮਣੇ ਨਜ਼ਰ ਆ ਜਾਣ। ਹੁਣ ਇੱਥੇ ਦੋ ਪੱਖ, ਇੱਕ ਅਸੀਂ ਧਾਰਮਿਕ ਗਲਬੇ 'ਚੋਂ ਬਾਹਰ ਆਜ਼ਾਦ ਜੀਵਨ 'ਚ ਗਏ, ਆਪਣੇ ਗੁਰੂ ਜੀ ਦੀ ਵਿਚਾਰ ਨੂੰ ਸਮਝੀਏ, ਹਰ ਸਿਓ ਮੋਰ ਧਿਆਨਾ, ਇਹ ਸੰਕਲਪ ਬਣੇ ਵੀ ਅਸੀਂ ਆਪਣੇ ਮਾਲਕ ਵੱਲ ਧਿਆਨ ਰੱਖਣਾ ਹੈ, ਅਸੀਂ ਆਪਣੇ ਰੱਬ ਵੱਲ, ਆਪਣੇ ਪ੍ਰਭੂ ਵੱਲ ਧਿਆਨ ਰੱਖਣਾ ਹੈ। ਸਾਡੀ ਸੋਚ ਦਾ ਇਹ ਹਿੱਸਾ ਬਣ ਜਾਏ ਕਿ ਰਾਜ ਨਾ ਚਾਹੋ, ਮੈਨੂੰ ਰਾਜਿਆਂ ਦੀ ਖੁਸ਼ਾਮਦ ਨਹੀਂ ਚਾਹੀਦੀ, ਮੈਨੂੰ ਤਖਤਾਂ ਦੀ ਲੋੜ ਨਹੀਂ, ਮੁਕਤ ਨਾ ਚਾਹੋ, ਮੇਰੀ ਜ਼ਿੰਦਗੀ 'ਚ ਨਾ ਮੈਂ ਮੁਕਤੀ ਦੇ ਡਰ ਥੱਲੇ ਆਪਣੇ ਆਪ ਨੂੰ ਬਾਰ ਬਾਰ ਗੁੰਮਰਾਹ ਕਰਵਾਉਣਾ ਚਾਹੁੰਦਾ। ਮਨਪ੍ਰੀਤ ਚਰਨ ਕਮਲਾਰੇ, ਮੈਨੂੰ ਮੇਰੇ ਗੁਰੂ ਦੇ ਪਿਆਰ ਵਿੱਚ ਸਮਾਂ ਬਤੀਤ ਕਰਨ ਦਾ ਮੌਕਾ ਮਿਲ ਜੇ, ਇਹੀ ਭਲਾ ਹੈ ਮੇਰੇ ਵਾਸਤੇ, ਇਹੀ ਚੰਗਾ ਹੈ। ਬਾਬਾ ਕਬੀਰ ਸਾਹਿਬ ਸਾਨੂੰ ਬਾਰ ਬਾਰ ਜਗਾਉਂਦੇ ਨੇ, ਭਾਈ ਜਾਗ ਜਾਓ, ਇਹ ਕਿਹੋ ਜਿਹਾ ਤੁਹਾਡਾ ਖਸਮ ਹੈ ਜਿਹੜਾ ਤੁਹਾਨੂੰ ਗੁੰਮਰਾਹ ਕਰਦਾ ਹੈ। ਇਸ ਕਰਕੇ ਯਤਨ ਕੀਤਾ ਸੀ ਭਗਤ ਜੀ ਦੇ ਇਹਨਾਂ ਸ਼ਬਦਾਂ ਨੂੰ ਵਾਚਿਆ ਜਾਵੇ, ਜੋ ਸਾਡੇ ਵਿਹੜੇ ਦੀ ਹਰ ਇੱਕ ਕਮਜ਼ੋਰੀ ਹੈ ਨਾ, ਉਹ ਬਾਹਰ ਨਿਕਲ ਕੇ ਆਵੇ ਅਤੇ ਅਸੀਂ ਉਹਨੂੰ ਦੂਰ ਕਰ ਸਕੀਏ। ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।